ਬਹੁਤ ਐਕਸਾਈਟਿਡ ਹਾਂ ਜੀ ਅਸੀਂ ਸਾਰੇ, ਸਾਰੀ ਟੀਮ ਬਹੁਤ ਐਕਸਾਈਟਿਡ ਆ ਸਾਡੀ। ਅਤੇ ਫਾਈਨਲੀ ਅੱਜ ਟ੍ਰੇਲਰ ਲਾਂਚ ਹੋਇਆ ਅਤੇ 31 ਮਈ ਵੀ ਦੂਰ ਨਹੀਂ ਹੈਗੀ। ਅਤੇ ਮੈਂ ਆਪਣੇ, ਜਿਵੇਂ ਤੁਸੀਂ ਮੇਰੇ ਕਰੈਕਟਰ ਬਾਰੇ ਗੱਲ ਕਰ ਰਹੇ ਹੋ ਕਿ ਕਰੈਕਟਰ ਖਿੱਚਦਾ ਆਪਣੇ ਆਪ, ਮਤਲਬ ਆਪਣੇ ਵੱਲ ਥੋੜ੍ਹਾ ਅਟਰੈਕਟ ਕਰਦਾ, ਕਿਉਂਕਿ ਅੱਜ ਕੱਲ੍ਹ ਕਹਿੰਦੇ ਨੇ ਕਿ ਬੈਡ ਬੋਇਜ਼ ਲਾਈਕ ਕਰਦੇ ਨੇ ਸਾਰੇ। ਪਰ ਇਹ ਹੈ ਕਿ ਥੋੜ੍ਹਾ ਮੈਂ ਜਿਵੇਂ ਪਹਿਲਾਂ ਕਿਹਾ ਕਿ ਮੈਂ ਆਪਣੇ ਕੰਫਰਟ ਲੈਵਲ ਤੋਂ ਥੋੜ੍ਹਾ ਹਟ ਕੇ ਕੁਛ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਪੋਜ਼ਿਟਿਵ ਮੈਂ ਕਿਹਾ ਬਹੁਤ ਹੋ ਗਿਆ, ਹੁਣ ਥੋੜ੍ਹਾ ਬੈਡ ਬੋਏ ਬਣ ਕੇ ਦੇਖ ਲਈਏ। ਰਾਈਟ, ਸੋ ਜਨਵੀ ਜੀ, ਬਹੁਤ ਜ਼ਿਆਦਾ ਤੁਹਾਨੂੰ ਕੰਪਲੀਮੈਂਟ ਮਿਲੇ ਨੇ। ਥੈਂਕ ਯੂ। ਮੈਨੂੰ ਲੱਗਦਾ ਕਿ ਅੱਜ ਤੁਹਾਡੇ ਲਈ ਬਹੁਤ ਚੰਗਾ ਦਿਨ ਆ, ਕਿਉਂਕਿ ਤੁਹਾਡੀ ਫਿਲਮ ਦਾ ਟ੍ਰੇਲਰ ਲਾਂਚ ਹੋਇਆ ਆ ਔਰ ਤੁਸੀਂ ਸ਼ੂਟਿੰਗ ਦੌਰਾਨ ਜਿੰਨੀ ਵੀ ਮਿਹਨਤ ਕੀਤੀ ਹੈ, ਮੈਨੂੰ ਲੱਗਾ ਕਿ ਅੱਧਾ ਕੁ ਫਲ ਤਾਂ ਅੱਜ ਮਿਲ ਗਿਆ ਔਰ ਅੱਧਾ ਜੋ ਤੋਂ ਰਿਲੀਜ਼ ਹੋਊਗੀ ਉਹ ਤੋਂ ਮਿਲ ਜੂਗਾ ਇਨਸ਼ਾਅੱਲਾ। ਬਿਲਕੁਲ ਬਿਲਕੁਲ, ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ। ਉੱਚੀ ਬੋਲੋ ਪਲੀਜ਼, ਮਾਈਕ ਨਾ ਬਹੁਤ ਅੱਗੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਰਿਆਂ ਨੂੰ ਔਰ ਥੈਂਕ ਯੂ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਦਾ। ਔਰ ਆਪਣੀ ਫਿਲਮ ਬਹੁਤ ਵਧੀਆ ਬਣੀ ਹੈ, ਈਵਨ ਅਸੀਂ ਵੀ ਫਿਲਮ ਦੇ ਨਾਲ ਦਿਲੋਂ ਜੁੜੇ ਹੋਏ ਹਾਂ, ਜਿਵੇਂ ਜਿਵੇਂ ਵੀ ਬਹੁਤ ਗਹਿਰਾ ਜੁੜੇ ਹੋਏ ਨੇ। ਜਿਵੇਂ ਕਹਿੰਦੇ ਬੈਡ ਬੋਏ ਸਾਰੇ ਪਸੰਦ ਕਰਦੇ ਆ, ਬਿਲਕੁਲ ਇਹਨਾਂ ਨੇ ਬਾ ਕਮਾਲ ਐਕਟਿੰਗ ਕੀਤੀ ਹੈ ਕਿ ਇਨ ਬਿਟਵੀਨ ਵਿੱਚ ਫੀਲ ਆ ਜਾਂਦੀ ਹੈ ਕਿ ਯਾਰ ਹੀਰੋਇਨ ਨੂੰ ਜਿਮੀ ਵਾਲੇ ਪਾਸੇ ਹੋਣਾ ਚਾਹੀਦਾ। ਸੋ ਸੀਰੀਅਸਲੀ ਸਟੋਰੀ ਬਹੁਤ ਵਧੀਆ ਆ ਔਰ ਅਸੀਂ ਆਸ਼ਾ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਵੀ ਸਾਡੀ ਮਿਹਨਤ ਓਨੀ ਪਸੰਦ ਆਏਗੀ। ਰਾਈਟ, ਸੋ ਬੈਡ ਬੋਏ ਦੀ ਗੱਲ ਚੱਲ ਰਹੀ ਹੈ, ਮੈਂ ਭਾਜੀ ਤੁਹਾਡੇ ਕੋਲੋਂ ਵੀ ਜਾਣਨਾ ਚਾਹੁੰਦਾ ਕਿ ਕਿਵੇਂ ਜਨਰੇਸ਼ਨ ਗੈਪ ਹੈ ਤੇ ਉਹ ਜਿਹੜੇ ਜਨਰੇਸ਼ਨ ਗੈਪ ਦਾ ਜੋ ਵੀ ਮਸਲੇ ਹੁੰਦੇ ਨੇ ਉਹ ਹੈਗੇ ਨੇ ਤੇ ਪਰ ਕਿਉਂਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਸਾਨੂੰ ਕਿਤੇ ਨਾ ਕਿਤੇ ਆਪਣੇ ਮਸਲਿਆਂ 'ਤੇ ਕਨਵਿੰਸ ਕਰਦੀ ਹੈ, ਅਸੀਂ ਮੰਨਦੇ ਵੀ ਹਾਂ। ਲੇਕਿਨ ਉਹਦੇ ਵਿੱਚ ਇਨ ਬਿਟਵੀਨ ਜੋ ਵੀ ਡਰਾਮਾ ਹੈ ਉਹ ਤਾਂ ਫਿਲਮ ਦੇਖ ਕੇ ਅਸੀਂ ਜ਼ਿਆਦਾ ਐਕਸਪੋਜ਼ ਵੀ ਨਹੀਂ ਕਰ ਸਕਦੇ। ਸੋ ਇਸ ਤਰ੍ਹਾਂ ਦਾ ਕਰੈਕਟਰ ਫਾਦਰ ਦਾ ਜਿਹੜਾ ਕਿ ਕੁਛ ਮਸਲਿਆਂ ਨੂੰ ਲੈ ਕੇ ਐਡਾਮੈਂਟ ਹੈ ਪਰ ਜਦੋਂ ਕਨਵਿੰਸ ਹੁੰਦਾ ਉਹਨੂੰ ਕੁਛ ਰੀਜ਼ਨਸ ਮਿਲਦੇ ਨੇ ਫਿਰ ਉਹ ਕਨਵਿੰਸ ਵੀ ਹੁੰਦਾ। ਸੋ ਇਸ ਤਰ੍ਹਾਂ ਦਾ ਇਹ ਕਿਰਦਾਰ ਹੈ। ਰਾਈਟ, ਸੋ ਕਿਹਾ ਜਾਂਦਾ ਹੈ ਕਿ ਜਿਹੜਾ ਐਕਟਰ ਦੀ ਲਾਈਫ ਹੁੰਦੀ ਆ ਉਹ ਬਹੁਤ ਵੱਡੇ ਵਿਭਾਗ ਵਾਲੀ ਗੱਲ ਹੁੰਦੀ ਆ ਨਾ। ਤੁਸੀਂ ਫੀਲ ਕਰਦੇ ਹੋ ਕਿ ਇੰਨੀ ਸਾਰੀਆਂ ਜ਼ਿੰਦਗੀਆਂ ਜਿਉਣ ਨੂੰ ਮਿਲਦੀਆਂ ਨੇ ਔਨ ਸਕਰੀਨ, ਤੁਸੀਂ ਆਲਰੇਡੀ ਬਹੁਤ ਸਾਰੇ ਕਿਰਦਾਰ ਜੀਏ ਵੀ ਨੇ, ਤੁਸੀਂ ਬਹੁਤ ਸਾਡੀ ਇੰਡਸਟਰੀ ਦੇ ਕਮਾਲ ਦੇ ਐਕਟਰ ਹੋ। ਥੈਂਕ ਯੂ ਵੈਰੀ ਮੱਚ। ਪਹਿਲਾਂ ਤਾਂ ਇਸੇ ਅਸੀਂ ਜੋ ਵੀ ਕਰਦੇ ਹਾਂ ਅਸੀਂ ਇਟ ਇਜ਼ ਬਿਕੋਜ਼ ਆਫ ਯੂ ਪੀਪਲ ਔਰ ਸਾਡੀ ਆਡੀਅੰਸ ਦੇ ਕਰਕੇ ਹੈ ਸਾਰਾ ਕੁਛ, ਕਿਉਂਕਿ ਉਹ ਸਾਨੂੰ ਹੌਸਲਾ ਦਿੰਦੀ ਹੈ, ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ, ਸਾਡੀ ਰਿਸਪੋਂਸੀਬਿਲਟੀ ਵੀ ਵੱਧਦੀ ਹੈ, ਸਾਨੂੰ ਹੌਸਲਾ ਮਿਲਦਾ ਤਾਂ ਅਸੀਂ ਹੋਰ ਜ਼ਿਆਦਾ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਜੋ ਵੀ ਹਾਂ ਜੋ ਵੀ ਪਰਫੋਰਮ ਕਰ ਸਕਦੇ ਹਾਂ ਸਿਰਫ ਤੁਹਾਡੇ ਆਪਣੀ ਆਡੀਅੰਸ ਕਰਕੇ, ਤੁਹਾਡੇ ਲੋਕਾਂ ਕਰਕੇ, ਅਤੇ ਬਾਕੀ ਸ਼ੁਕਰੀਆ ਤੁਹਾਡਾ। ਰਾਈਟ, ਸੋ ਜਿਵੇਂ ਭਾਅ ਜੀ ਤੁਸੀਂ ਵਾਰ ਵਾਰ ਨਾ ਸ਼ਿੱਦਤ ਵਾਲੇ ਪਿਆਰ ਦੀ ਗੱਲ ਪਤਾ ਨਹੀਂ ਕਿਉਂ ਕਰ ਰਹੇ ਸੀਗੇ, ਮੈਂ ਪਤਾ ਕਿ ਮੈਂ ਕਿਉਂ ਕਰ ਰਿਹਾ ਇਹਦਾ ਮੈਂ ਆਨਸਰ ਹਾਲੇ ਨਹੀਂ ਦੇ ਸਕਦਾ। ਇਹ ਤੁਸੀਂ 31 ਮਈ ਨੂੰ ਜਦੋਂ ਆਪਾਂ ਪ੍ਰੀਮੀਅਰ ਦੇਖ ਕੇ ਨਿਕਲਾਂਗੇ ਨਾ, ਉਦੋਂ ਤੁਹਾਨੂੰ ਤੁਸੀਂ ਕਹੋਗੇ ਕਿ ਅੱਛਾ ਇਹ ਸੀ ਗੱਲ। ਉਹ ਜਿਹੜੀਆਂ ਗੱਲਾਂ ਦਾ ਜ਼ਿਕਰ ਅਸੀਂ ਕਿਤਾਬਾਂ ਵਿੱਚ ਸੁਣਦੇ ਹਾਂ ਜਾਂ ਪੜ੍ਹਦੇ ਆਏ ਹਾਂ ਉਹ ਇਹਨਾਂ ਨੇ ਬਾ ਕਮਾਲ ਪਲੇ ਕਰ ਦਿੱਤਾ ਉਹ ਕਿਰਦਾਰ ਜਿਹੜਾ ਅਸੀਂ ਸਿਰਫ ਹੁਣ ਤੱਕ ਪੜ੍ਹਿਆ ਹੋਣਾ ਕਿਤਾਬਾਂ ਦੇ ਵਿੱਚ। ਅਲੜ ਵਰੇਸ ਕੱਚੀ ਉਮਰ ਕਹਿ ਸਕਦੇ ਹਾਂ, ਜਦੋਂ ਆਪਾਂ ਜਵਾਨੀ ਵੱਲ ਪੈਰ ਰੱਖਦਾ ਕੋਈ ਉਹਨੂੰ ਕੱਚੀ ਉਮਰ ਕਹਿੰਦੇ ਆ ਮੇਰੇ ਖਿਆਲ। ਅਲੜ ਵਰੇਸ ਦਾ ਮਤਲਬ ਆਹੀ ਹੈ। ਤੁਸੀਂ ਸਵਾਲ ਕੀਤਾ ਸੀ ਉਹ ਗੱਲ ਵਿੱਚ ਰਹਿ ਗਈ, ਜਿਵੇਂ ਤੁਸੀਂ ਕਹਿੰਦੇ ਵੀ ਅਸੀਂ ਬੜੇ ਲੱਕੀ ਹਾਂ ਵੀ ਅਲੱਗ ਅਲੱਗ ਤਰ੍ਹਾਂ ਦੇ ਕਿਰਦਾਰ ਆ, ਇਹ ਵਾਕਈ ਗੱਲ ਸਹੀ ਹੈ ਕਿ ਸਾਨੂੰ ਬਹੁਤ ਤਰ੍ਹਾਂ ਬਹੁਤ ਇੱਦਾਂ ਦੇ ਮੌਕੇ ਮਿਲਦੇ ਨੇ
ਕਰਕੇ ਅਸੀਂ ਬਹੁਤ ਮਾਈਨਿਊਟਲੀ ਵਾਚ ਕਰਨ ਦੀ ਸਾਨੂੰ ਜ਼ਰੂਰਤ ਪੈਂਦੀ ਹੈ। ਜਦੋਂ ਸਾਡੇ ਅੱਗੇ ਕੋਈ ਚੈਲੇਂਜ ਆਉਂਦਾ ਤਾਂ ਓਬਵੀਅਸਲੀ ਅਸੀਂ ਉਸਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਜਿਹੜਾ ਕਿ ਸਾਡੇ ਜਿਹੜੇ ਨੌਲੇਜ ਨੂੰ, ਸਾਡੇ ਗਿਆਨ ਨੂੰ ਵਧਾਉਂਦਾ ਵੀ ਹੈ ਅਤੇ ਸਾਡੇ ਪਰਫੋਰਮ ਕਰਨ ਦੇ ਲਈ ਮਦਦ ਵੀ ਕਰਦਾ। ਸੋ ਬਿਲਕੁਲ ਸਹੀ ਕਿਹਾ ਕਿ ਅਸੀਂ ਬਹੁਤ ਖੁਸ਼ਕਿਸਮਤ ਹੈ ਕਿ ਸਾਨੂੰ ਪਰਮਾਤਮਾ ਨੇ ਇਸ ਕੰਮ 'ਚ ਲਾਇਆ ਹੋਇਆ। ਸੋ ਪਰ ਇਹਦੇ ਵਿੱਚ ਬਹੁਤ ਸਾਰੇ ਸਾਡੇ ਸਮਾਜ ਦਾ, ਸਾਡੇ ਪਰਿਵਾਰਾਂ ਦਾ, ਸਾਡੇ ਸਾਥੀ ਕਲਾਕਾਰਾਂ ਦਾ, ਆਡੀਅੰਸ ਦਾ, ਤੁਹਾਡਾ ਮੀਡੀਆ ਪਰਸਨਸ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਕਿ ਸਾਡਾ ਸਾਰਾ ਕੁਝ ਸਾਹਮਣੇ ਲੋਕਾਂ ਦੇ ਉਦੋਂ ਹੀ ਜਾਂਦਾ ਜਦੋਂ ਤੁਸੀਂ ਸਾਨੂੰ ਬਿਲਕੁਲ ਕੈਪਚਰ ਕਰਦੇ ਹੋ। ਜਿਹੜਾ ਫਿਲਮ ਦਾ ਪੋਸਟਰ ਆ ਨਾ, ਉਹਦੇ ਵਿੱਚ ਬਹੁਤ ਸਾਰੇ ਆਰਟਿਸਟ ਨੇ ਸਾਡੀ ਫਿਲਮ ਇੰਡਸਟਰੀ ਦੇ ਨਾ, ਜਿਵੇਂ ਰੋਣੀ ਸਾਹਿਬ ਨੇ ਮੈਂਸ਼ਨ ਕੀਤਾ ਸੀਗਾ ਕਿ ਨਿਰਮਲ ਰਿਸ਼ੀ ਮੈਮ ਨੇ ਫਿਲਮ ਕੀਤੀ ਆ ਤਾਂ ਅਸੀਂ ਹੋਰ ਵੱਡੇ ਹੋ ਗਏ, ਸਾਡੀ ਫਿਲਮ ਹੋਰ ਵੱਡੀ ਹੋਈ ਹੈ ਨਾ। ਸਾਰੀ ਸਟਾਰ ਕਾਸਟ ਦੀ ਮੈਂ ਜਾਣਨਾ ਚਾਹੁੰਦਾ ਕਿ ਕੌਣ ਕੌਣ ਇਸ ਫਿਲਮ ਦੇ ਵਿੱਚ ਹੈਗੇ ਔਰ ਕਿਵੇਂ ਕਿਹਦਾ ਕੀ ਕਰੈਕਟਰ ਆ। ਮੇਰਾ ਖਿਆਲ ਉਦੋਂ ਦੱਸਿਆ ਇਹਨਾਂ ਦੇ ਪਾਤਰ ਤੁਹਾਨੂੰ ਪਤਾ ਹੈ, ਮਲਕੀਤ ਰੋਣੀ ਦੇ ਉਹਨਾਂ ਦਾ ਕੈਰੈਕਟਰ ਵੀ ਉਹਨਾਂ ਨੇ ਕਿਸ ਤਰ੍ਹਾਂ ਦਾ ਪਾਤਰ ਲਿਆ। ਪਦਮਸ਼੍ਰੀ ਮਿਲੇ ਜੀ, ਪਦਮਸ਼੍ਰੀ ਮਿਲੇ ਮੈਡਮ ਨੂੰ ਜੀ, ਪਦਮਸ਼੍ਰੀ ਮਿਲੇ ਜੀ। ਹਾਂਜੀ ਹਾਂ, ਬਿਲਕੁਲ ਬਿਲਕੁਲ ਮਿਲਿਆ ਔਰ ਇਹ ਸਾਡੀ ਸਾਰੀ ਇੰਡਸਟਰੀ ਲਈ ਬਹੁਤ ਮਾਣ ਦੀ ਗੱਲ ਹੈ, ਨੋਟ ਓਨਲੀ ਇੰਡਸਟਰੀ, ਸਾਡੇ ਪੰਜਾਬ ਦੇ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ। ਸੋ ਔਰ ਸਾਰਿਆਂ ਮੈਮ ਨੇ ਖੁਦ ਵੀ ਇਹ ਗੱਲ ਕਈ ਵਾਰ ਕਹੀ ਹੈ ਵੀ ਇਟ ਇਜ਼ ਬਿਕੋਜ਼ ਆਫ ਕਿ ਪੰਜਾਬੀ ਇੰਡਸਟਰੀ ਕਰਕੇ ਅਤੇ ਸਾਡੇ ਪੰਜਾਬ ਦੇ ਲੋਕਾਂ ਦੇ ਪਿਆਰ ਦੇ ਸਦਕਾ ਮੈਂ ਇਹ ਅਵਾਰਡ ਹਾਸਲ ਕੀਤਾ। ਇਹ ਉਹਨਾਂ ਦੀ ਸਟੇਟਮੈਂਟ ਮੈਂ ਬਾਈਟ 'ਚ ਸੁਣ ਰਿਹਾ ਸੀ। ਸੋ ਅਸੀਂ ਵੀ ਜਿਸ ਦਿਨ ਇਹ ਅਨਾਊਂਸ ਹੋਇਆ ਸੀ ਅਤੇ ਸ਼ਾਇਦ ਸਾਡੀ ਖੁਸ਼ੀ ਦੀ ਕੋਈ ਸੀਮਾ ਹੀ ਨਹੀਂ ਸੀ ਕਿਉਂਕਿ ਇੱਕ ਸ਼ੁਰੂਆਤ ਹੋਈ ਹੈ ਸਾਡੇ ਕੰਮ ਨੂੰ, ਸਾਡੇ ਪੰਜਾਬ ਦੀ ਜਿਹੜਾ ਆਰਟ ਦਾ ਪੱਖ ਹੈ ਉਹਨੂੰ ਰਿਕਗਨਾਈਜ਼ਨ ਮਿਲੀ ਹੈ ਨੈਸ਼ਨਲ ਲੈਵਲ 'ਤੇ। ਅਤੇ ਜਿਹੜੀ ਇਹ ਜਦੋਂ ਇੱਦਾਂ ਦੇ ਸਨਮਾਨ ਮਿਲਦੇ ਨੇ ਕਿਸੇ ਵੀ ਇਨਸਾਨ ਨੂੰ ਮਿਲਦੇ ਨੇ ਤਾਂ ਸਾਡਾ ਜਿਹੜਾ ਖੇਤਰ ਆ ਹੋਰ ਬਹੁਤ ਵੱਡਾ ਹੁੰਦਾ। ਅਸੀਂ ਅੰਤਰਰਾਸ਼ਟਰੀ ਪੱਧਰ ਤੱਕ ਇਹ ਗੱਲ ਪਹੁੰਚਦੀ ਹੈ ਜਦੋਂ ਇੱਦਾਂ ਦਾ ਕਿਸੇ ਵੀ ਕਲਾਕਾਰ ਨੂੰ, ਕਿਸੇ ਵੀ ਸ਼ਖਸ ਨੂੰ ਅਵਾਰਡ ਮਿਲਦਾ। ਸੋ ਵੀ ਆਰ ਵੈਰੀ ਹੈਪੀ ਔਰ ਅਸੀਂ ਸਾਰੇ ਮੈਂ ਤਾਂ ਕਹਿੰਦਾ ਵਧਾਈ ਦੇ ਪਾਤਰ ਹਾਂ ਮੈਮ ਔਰ ਮੈਮ ਸਾਡੇ ਬਹੁਤ ਆਪਣੇ ਆਪ 'ਚ ਸੰਸਥਾ ਨੇ ਬਿਲਕੁਲ ਬਿਲਕੁਲ ਉਹ ਤਾਂ ਮਤਲਬ ਉਹਨਾਂ ਤੋਂ ਤੁਸੀਂ ਕਦੇ ਵੀ ਪੁੱਛੋ ਤੁਹਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਉਹਨਾਂ ਤੋਂ। ਸੋ ਜਿਵੇਂ ਭਾਅ ਜੀ ਹੁਣ ਅਖੀਰ ਦੇ ਵਿੱਚ ਜਿਹੜੀਆਂ ਲੁਕਵੀਆਂ ਗੱਲਾਂ ਨੇ ਅੱਲੜ ਵਰੇਸ ਬਾਰੇ ਹੈ ਨਾ, ਉਹ ਜੋ ਦੱਸੀਆਂ ਜਾ ਸਕਦੀਆਂ ਨੇ, ਮੈਂ ਚਾਹੁੰਦਾ ਕਿ ਤੁਸੀਂ ਆਡੀਅੰਸ ਨੂੰ ਜਾਂਦੇ ਜਾਂਦੇ ਦੱਸ। ਮੈਂ ਆਪਣੇ ਕਿਰਦਾਰ ਲਈ ਮੈਂ ਇਹ ਇੰਨਾ ਕਹਿਣਾ ਚਾਹੂੰਗਾ ਕਿ ਮੈਨੂੰ ਸ਼ੁਰੂ ਤੋਂ ਨਾ ਭੁੱਖ ਸੀਗੀ ਕਿ ਇੱਦਾਂ ਦਾ ਕਰੈਕਟਰ ਮੇਰੀ ਜ਼ਿੰਦਗੀ 'ਚ ਆਵੇ, ਮੈਂ ਇੱਦਾਂ ਦਾ ਕਿਰਦਾਰ ਪਲੇਅ ਕਰਾਂ ਜਿੱਥੇ ਮੇਰੀ ਜੋ ਰੇਂਜ ਐਜ਼ ਐਨ ਐਕਟਰ ਮੈਂ ਉਹ ਦਿਖਾ ਸਕਾਂ। ਅਤੇ ਮੈਨੂੰ ਇਹ ਲੱਗਦਾ ਕਿ ਇਹ ਉਹ ਕਿਰਦਾਰ ਹੈ ਜਿੱਥੇ ਮਤਲਬ ਮੈਂ ਆਪਣੀ ਜ਼ਿੰਦਗੀ ਦੀ ਸਾਰੀ ਮਿਹਨਤ ਇਸ ਕਿਰਦਾਰ 'ਤੇ ਪਾ ਦਿੱਤੀ ਜੀ, ਜੋ ਮੈਂ ਸਿੱਖਿਆ ਅੱਜ ਤੱਕ ਸਾਰਾ ਕੁਛ ਮੈਂ ਗੁੰਦ ਕੇ ਇਸ ਕਿਰਦਾਰ 'ਚ ਪਾਇਆ। ਅਤੇ ਮੈਨੂੰ ਪੂਰੀ ਉਮੀਦ ਹੈ ਕਿ ਇੱਕ ਮੇਰਾ ਵੱਖਰਾ ਰੂਪ ਜਿਹੜਾ ਆਡੀਅੰਸ ਨੂੰ ਸਾਹਮਣੇ ਦੇਖਣ ਨੂੰ ਮਿਲੂਗਾ। ਮੀਡੀਆ ਤੁਹਾਡੇ ਵਾਸਤੇ, ਤੁਸੀਂ ਮੈਨੂੰ ਹੁਣੇ ਮੌਜਾਂ ਹੀ ਮੌਜਾਂ 'ਚ ਵੇਖਿਆ ਸੀ, ਉਹ ਕਿਰਦਾਰ ਬਿਲਕੁਲ ਓਪੋਜ਼ਿਟ ਹੈ ਇਸ ਤੋਂ, ਇਹ ਕਿਰਦਾਰ ਬਿਲਕੁਲ ਓਪੋਜ਼ਿਟ ਹੈ। ਅਤੇ ਮੈਨੂੰ ਲੱਗਦਾ ਕਿ ਮੈਂ ਲੱਕੀ ਹਾਂ, ਮੈਂ ਇਸ ਫਿਲਮ ਦਾ ਹਿੱਸਾ ਬਣਿਆ ਅਤੇ ਫਿਲਮ ਦੀ ਕਹਾਣੀ ਵੀ ਬਹੁਤ ਵਧੀਆ ਅਤੇ ਆਪਣੇ ਨਾਲ ਜੋੜਦੀ ਹੈ। ਜਿਵੇਂ ਆਪਾਂ ਕਹਿੰਦੇ ਹਾਂ ਕਿ ਪਿੱਛੋਂ ਕੁਛ ਸਮੇਂ ਤੋਂ ਕਹਾਣੀਆਂ ਨਹੀਂ ਆ ਰਹੀਆਂ ਫਿਲਮਾਂ 'ਚ, ਕਲੀ ਜੋਟਾਂ ਨੂੰ ਜੇ ਆਪਾਂ ਪਾਸੇ ਰੱਖੀਏ, ਕਲੀ ਜੋਟੇ ਦੀ ਮੈਂ ਮੰਨਦਾ ਕਿ ਬਹੁਤ ਸੋਹਣੀ ਕਹਾਣੀ ਸੀ, ਕਹਾਣੀਆਂ ਨਹੀਂ ਹੁੰਦੀਆਂ, ਕੋਮੇਡੀ ਫਿਲਮਾਂ ਬਣਦੀਆਂ, ਪਰ ਇਹ ਫਿਲਮ ਇੱਕ ਕਹਾਣੀ ਹੈ, ਇਹ ਹਰ ਦਰਸ਼ਕ ਜੁੜੂਗਾ ਇਸ ਕਹਾਣੀ ਦੇ ਨਾਲ। ਮੈਸੇਜ ਵੀ ਹੈ, ਇਮੋਸ਼ਨਸ ਵੀ ਨੇ ਅਤੇ ਕਦਰਾਂ ਕੀਮਤਾਂ ਰਿਸ਼ਤਿਆਂ ਦੀ ਬਹੁਤ ਕੁਛ ਹੈ। ਫੁੱਲ ਔਨ ਪੈਕੇਜ, ਫੁੱਲ ਪੈਕੇਜ ਬਿਲਕੁਲ। ਯਾਨੀ ਜੀ ਕੁਛ ਤੁਹਾਡੇ ਦਿਲ ਦੇ ਵਿੱਚ ਹੋਵੇ? ਦਿਲ ਦੇ ਵਿੱਚ ਇਹੀ ਹੈ ਕਿ ਮੇਰੇ ਲਈ ਵੀ ਇਹ ਫਿਲਮ
ਬਹੁਤ ਖਾਸ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਮੈਨੂੰ ਇੱਕ ਟਾਈਮ 'ਤੇ ਦੋ ਡਿਫਰੈਂਟ ਵਾਈਬ੍ਰੇਸ਼ਨ ਪਲੇਅ ਕਰਨ ਦਾ ਮੌਕਾ ਮਿਲਿਆ ਔਰ ਉਹ ਡਿਫਰੈਂਟ ਵਾਈਬ੍ਰੇਸ਼ਨਸ ਕੀ ਨੇ ਉਹ ਤੁਹਾਨੂੰ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੇ ਸੋ ਇੱਕ ਐਕਟਰ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਉਹਨੂੰ ਇੱਕ ਪ੍ਰੋਜੈਕਟ ਵਿੱਚ ਦੋ ਡਿਫਰੈਂਟ ਵਾਈਬ੍ਰੇਸ਼ਨ ਪਲੇਅ ਕਰਨ ਦਾ ਮੌਕਾ ਮਿਲ ਜਾਏ ਔਰ ਦੋਨੋਂ ਵਾਈਬ੍ਰੇਸ਼ਨਸ ਮੇਰੀਆਂ ਫੇਵਰੇਟ ਨੇ।